ਕਿੱਥੇ ਬੈਠੇ ਆ ਸਰਦਾਰ ਅਮਰਦੀਪ ਸਿੰਘ ਗਿੱਲ ਆਏ ਹੋਏ ਆ ਜੋਰਾ ਦੇ ਡਾਇਰੈਕਟਰ ਜਿਹੜੇ ਕਲਮ ਦੇ ਧਨੀ ਤੇ ਜੇ ਬੈਠੇ ਆ ਇੱਥੇ ਹੀ ਆਸ-ਪਾਸ ਤਾਂ ਪਲੀਜ਼ ਆ ਜਾਓ ਇੱਥੇ ਇੱਕ ਵਾਰੀ ਆਓ ਪਲੀਜ਼ ਤਾਂ ਇਹਨਾਂ ਦੀ ਕਲਮ ਨੇ ਉਹ ਕੁਛ ਡਾਇਲੋਗ ਲਿਖੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਆ ਇਹ ਜਿਵੇਂ ਵੀ ਮਿਲਣਗੇ ਜਿੱਥੇ ਵੀ ਮਿਲਣਗੇ ਅਸੀਂ ਛੱਡਣੇ ਥੋੜ੍ਹੀ ਆ ਸੋ ਅਗਲਾ ਇੱਕ ਹੋਰ ਸਹੀ ਸਰ ਗੱਲ ਤਾਂ ਬੜੀ ਸੀਰੀਅਸ ਆ ਪਰ ਆਪਣੇ ਜੋਰੇ ਤੋਂ ਬਿਨਾਂ ਗੱਲ ਨਹੀਂ ਹੋ ਸਕਦੀ ਆ ਜਾਓ ਇੱਧਰ ਨੂੰ ਆ ਜਾਓ ਕਿਰਾਂ ਇਹ ਸੱਪ ਦੀ ਖੱਡ ਆ ਛੋਟਿਆ ਇੱਥੇ ਸੱਪ ਹੀ ਵੜ ਸਕਦਾ ਤੇ ਸੱਪ ਹੀ ਨਿਕਲ ਸਕਦਾ ਚੂਹੇ ਚਕਚੂੰਦਰਾਂ ਇਹਦੇ 'ਚ ਵੜ ਤਾਂ ਜਾਂਦੇ ਨੇ ਪਰ ਨਿਕਲ ਨਹੀਂ ਸਕਦੇ ਸੋ ਆਓ ਮਾੜੀ ਜੀ ਫਤਿਹ ਹੀ ਬੁਲਾ ਜਾਓ ਜੀ ਇਹ ਕਹਿੰਦੇ ਮੈਂ ਬੋਲਣਾ ਨਹੀਂ ਪਰ ਗਿੱਲ ਸਾਹਿਬ ਬੜੀ ਦੂਰੋਂ ਇਹ ਵੀ ਅੱਜ ਕੱਲ੍ਹ ਬੋਂਬੇ ਹੁੰਦੇ ਆ ਪਰ ਉੱਥੇ ਅਸੀਂ ਲਗਾਤਾਰ ਆਪਦੇ ਟੱਚ 'ਚ ਰਹਿੰਦੇ ਹਾਂ ਆਪਦੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਡਿਸਕਸ ਕਰਕੇ ਵੀ ਦੂਰ ਕਰੀਏ ਅਤੇ ਇੱਕ ਸਹੀ ਸੇਧ ਸਾਡੀ ਕੀ ਹੋਣੀ ਚਾਹੀਦੀ ਆ ਉਹ ਵੀ ਗੱਲਬਾਤ ਗਾਈਡੈਂਸ ਵੀ ਜਾਰੀ ਰਹਿੰਦੀ ਆ ਸੋ ਬਹੁਤ ਪਿਆਰ ਸਤਿਕਾਰ ਤੁਹਾਨੂੰ ਹਮੇਸ਼ਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਲਮਾਂ ਜਾਂ ਇਹ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਹੁੰਦੀਆਂ ਨੇ ਲੋਕ ਸੰਘਰਸ਼ਾਂ ਤੋਂ ਮੈਂ ਬੇਸ਼ੱਕ ਇੱਥੇ ਅੱਜ ਆਇਆ ਪਰ ਉੱਦਾਂ ਮੈਂ ਇੱਥੇ ਹਾਜ਼ਰ ਹੀ ਰਹਿਣਾ ਜੇ ਦੀਪ ਇੱਥੇ ਹਾਜ਼ਰ ਹੈ ਜੇ ਤੁਸੀਂ ਸਾਰੇ ਹਾਜ਼ਰ ਹੋ ਤਾਂ ਮੈਂ ਵੀ ਹਾਜ਼ਰ ਹਾਂ ਆਹ ਦੋ ਲਾਈਨਾਂ ਵੀ ਦਾਸ ਦੀ ਕਲਮ ਦੀਆਂ ਹੀ ਲਿਖੀਆਂ ਹੋਈਆਂ ਨੇ ਇਸ ਕਰਕੇ ਇਹ ਇੱਕ ਤਰ੍ਹਾਂ ਦਾ ਇੱਕ ਫਲਸਫੇ ਨੂੰ ਇੱਕ ਸ਼ਬਦ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਅਤੇ ਮੈਂ ਜਿੱਥੇ ਵੀ ਹਾਂ ਮੈਂ ਚਾਰ ਲਾਈਨਾਂ ਇੱਕ ਲਿਖੀਆਂ ਸੀ ਕਿ ਮੈਂ ਬੇਸ਼ੱਕ ਜਿੱਥੇ ਵੀ ਹਾਂ ਤੁਹਾਡੇ ਨਾਲ ਹਾਂ ਮੇਰੇ ਲਈ ਸਾਡਾ ਜਿਹੜਾ ਵਿਰਸਾ ਹੈ ਸਾਡੀ ਜਿਹੜੀ ਰਾਜਨੀਤੀ ਹੈ ਜਾਂ ਸਾਡਾ ਜਿਹੜਾ ਇੱਕ ਫਲਸਫਾ ਹੈ ਉਹੀ ਮੇਰੇ ਲਈ ਸਭ ਤੋਂ ਵੱਡਾ ਰਾਹ ਦਸੇਰਾ ਹੈ ਅਤੇ ਉਹੀ ਤੁਹਾਡੇ ਲਈ ਸਾਰਿਆਂ ਦੇ ਲਈ ਰਾਹ ਦਸੇਰਾ ਅਤੇ ਇਸ ਕਰਕੇ ਅਸੀਂ ਉਸ ਸਾਰੇ ਰਿਸ਼ਤੇ ਦੇ ਨਾਲ ਉਸ ਸਾਰੇ ਰਿਸ਼ਤੇ ਦੇ ਨਾਤੇ ਅਸੀਂ ਇੱਕ ਹਾਂ ਜਦ ਵੀ ਜ਼ਰੂਰਤ ਪਊਗੀ ਅਸੀਂ ਮੈਦਾਨ 'ਚ ਵੀ ਨਿਤਰਾਂਗੇ ਜਦ ਵੀ ਜ਼ਰੂਰਤ ਪਊਗੀ ਜੋ ਜੋ ਹੁਕਮ ਅਕਾਲ ਪੁਰਖ ਸਾਡੀ ਜੋ ਜੋ ਡਿਊਟੀ ਲਾਊਗਾ ਅਸੀਂ ਉਹ ਨਿਭਾਵਾਂਗੇ ਅਤੇ ਮੈਂ ਵੀ ਤੁਹਾਡੇ ਨਾਲ ਹਾਜ਼ਰ ਹੋਊਂਗਾ ਮੈਨੂੰ ਜਾਣਨ ਵਾਲੇ ਜਿਹੜੇ ਲੋਕ ਨੇ ਵਿਅਕਤੀਗਤ ਤੌਰ 'ਤੇ ਉਹ ਗੱਲ ਜਾਣਦੇ ਨੇ ਕਿ ਮੇਰੇ ਕਹੇ ਹੋਏ ਇਹਨਾਂ ਸ਼ਬਦਾਂ ਦੇ ਕੀ ਅਰਥ ਨੇ ਬਹੁਤ ਬਹੁਤ ਧੰਨਵਾਦ